ਸਤਿ ਸ਼੍ਰੀ ਅਕਾਲ ਦੋਸਤੋ ਫੇਰ ਅਸੀਂ ਇੱਕ ਵਾਰੀ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਬ੍ਰਦਰਹੁੱਡ ਦੇ ਵਿੱਚ ਅਸੀਂ ਨਾ ਕਈ ਵਾਰੀ ਕੀ ਕਰਦੇ ਹਾਂ ਵੀ ਬੈਂਕ ਦੇ ਵਿੱਚ ਜਾਂਦੇ ਆ ਤਾਂ ਬੈਂਕ ਦੇ ਵਿੱਚ ਆਪਣਾ ਜਿਹੜਾ ਲੈਣ ਦੇਣ ਦੇ ਵਿੱਚ ਜਿਹੜੀਆਂ ਸਮੱਸਿਆ ਆਉਂਦੀ ਹੈ ਉਹ ਸਮੱਸਿਆ ਕੀ ਆਉਂਦੀ ਹੈ ਕਿ ਆਪਾਂ ਬੈਂਕ ਦਾ ਕਰਮਚਾਰੀ ਉਹ ਆਪਾਂ ਨੂੰ ਕੀ ਕਹਿੰਦਾ ਵੀ ਤੁਹਾਡਾ ਜਿਹੜਾ ਅ ਪੈਨ ਕਾਰਡ ਹੈ ਪੈਨ ਕਾਰਡ ਦੇ ਨਾਲ ਜਿਹੜਾ ਆਧਾਰ ਕਾਰਡ ਹੈ ਉਹ ਲਿੰਕ ਨਹੀਂਗਾ ਤਾਂ ਅੱਜ ਤੁਹਾਨੂੰ ਦੱਸਾਂਗੇ ਕਿ ਅਸੀਂ ਪੈਨ ਕਾਰਡ ਦੇ ਨਾਲ ਜਿਹੜਾ ਆਧਾਰ ਕਾਰਡ ਕਿਵੇਂ ਘਰ ਬੈਠੇ ਹੀ ਅਸੀਂ ਲਿੰਕ ਜਿਹੜਾ ਉਹ ਕਰ ਸਕਦੇ ਹਾਂ ਤਾਂ ਜੋ ਸਾਨੂੰ ਕੋਈ ਸਮੱਸਿਆ ਨਾ ਆਵੇ ਤੁਹਾਡੇ ਨਾਲ ਜਿਹੜਾ SBI ਦਾ ਇੱਕ ਪੋਸਟਰ ਉਹ ਸਾਂਝਾ ਕਰਨ ਜਾ ਰਹੇ ਹਾਂ ਇਹਦੇ ਵਿੱਚ ਪੂਰੀ ਡਿਟੇਲ ਹੈਗੀ ਹੈ ਤੁਹਾਨੂੰ ਵੈਬਸਾਈਟ ਤੇ ਵੀ ਲੈ ਕੇ ਜਾਵਾਂਗੇ ਧਿਆਨ ਨਾਲ ਦੇਖਿਓ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਸਾਡਾ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਜ਼ਰੂਰ ਦਬ ਦੇਣਾ ਤਾਂ ਜੋ ਨਵੇਂ-ਨਵੇਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਇਸ ਤਰ੍ਹਾਂ ਦੀਆਂ ਤੁਹਾਡੀਆਂ ਆਮ ਸਮੱਸਿਆਵਾਂ ਦਾ ਹੱਲ ਹੁੰਦਾ ਰਹੇ ਹਾਂਜੀ ਸਭ ਤੋਂ ਪਹਿਲਾਂ ਗੱਲ ਕਰਦੇ ਆ ਲਿੰਕਿੰਗ ਆਫ ਪੈਨ ਵਿਦ ਆਧਾਰ ਇਜ਼ ਮੰਡੀਟਰੀ ਯਾਨੀ ਪੈਨ ਕਾਰਡ ਦੇ ਨਾਲ ਜਿਹੜਾ ਆਧਾਰ ਕਾਰਡ ਜਿਹੜਾ ਉਹ ਲਿੰਕ ਕਰਨਾ ਬਹੁਤ ਜ਼ਰੂਰੀ ਹੈ ਤੇ ਆ ਤੁਹਾਨੂੰ ਇਹ ਵੀ ਦੱਸਦੀ ਆ ਲੇਟੈਸਟ ਇਹ ਹੈ ਕਿ ਆਪਣਾ ਜਿਹੜਾ ਵੋਟ ਹੈ ਵੋਟ ਕਾਰਡ ਵੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਆਧਾਰ ਕਾਰਡ ਦੇ ਨਾਲ ਜਿਹੜਾ ਲਿੰਕ ਕਰ ਦਿੱਤਾ ਜਾਵੇਗਾ ਹਾਂਜੀ ਆਪਾਂ ਜਦੋਂ ਬੈਂਕ ਦੇ ਵਿੱਚ ਜਾਂਦੇ ਆ ਤਾਂ ਕੀ ਹੁੰਦਾ ਕਿ ਕਈ ਵਾਰੀ ਆਪਣਾ ਜਿਹੜਾ ਪੈਨ ਹੈ ਉਹ ਜਿਹੜਾ ਆਧਾਰ ਨਾਲ ਲਿੰਕ ਨਾ ਹੋਣ ਕਰਕੇ ਆਪਾਂ ਨੂੰ ਐਮਰਜੈਂਸੀ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ ਤਾਂ ਆਪਾਂ ਨਹੀਂ ਲੈ ਸਕਦੇ ਕਿਉਂਕਿ ਇਹ ਲਿੰਕ ਨਹੀਂ ਹੁੰਦਾ ਤਾਂ ਆਪਾਂ ਲਿੰਕ ਕਿਵੇਂ ਕਰਨਾ ਹੈ ਬਹੁਤ ਹੀ ਆਸਾਨ ਹੈ ਇਹ ਤੁਹਾਡੇ ਸਾਹਮਣੇ ਬਿਲਕੁਲ ਵੈਬਸਾਈਟ ਦਿੱਤੀ ਗਈ ਹੈ ਇਹਦੇ ਉੱਪਰ ਆਪਾਂ ਜਾਣਾ ਹੈ ਠੀਕ ਹੈ ਆਪਾਂ ਹੁਣੇ ਉਹਦੇ ਤੇ ਚੱਲਦੇ ਹਾਂ ਵੈਬਸਾਈਟ ਹੈ www dot income tax.go.in ਆਪਾਂ ਹੁਣ ਇਸ ਵੈਬਸਾਈਟ ਦੇ ਉੱਤੇ ਚਲਦੇ ਆਂ ਫਿਰ ਤੁਹਾਨੂੰ ਦੱਸਦੇ ਆਂ ਕਿ ਆਪਾਂ ਜਿਹੜਾ ਹੈ ਉਹ ਆਧਾਰ ਕਾਰਡ ਹੈ ਉਹ ਆਪਾਂ ਪੈਨ ਕਾਰਡ ਦੇ ਨਾਲ ਜਾਂ ਪੈਨ ਕਾਰਡ ਆਧਾਰ ਕਾਰਡ ਦੇ ਨਾਲ ਕਿਵੇਂ ਆਪਾਂ ਲਿੰਕ ਕਰਨਾ ਹੈ ਆਪਾਂ Google ਤੇ ਚਲਦੇ ਆਂ ਹਾਂਜੀ Google ਦੇ ਉੱਪਰ ਜਿਹੜੀ ਆਪਾਂ ਤੁਹਾਨੂੰ ਐਡਰੈਸ ਦੱਸੀ ਗਿਆ ਸੀ ਉਹ ਆਪਾਂ ਜਿਹੜਾ ਵੈਬਸਾਈਟ ਜਿਹੜੀ ਹੈ ਉਹ ਆਪਾਂ ਪਰਾਂਗੇ ਠੀਕ ਹੈ www.incometax.gov.in ਠੀਕ ਹੈ ਆਪਾਂ ਇਹਦੇ ਉੱਪਰ ਚੱਲਦੇ ਆਂ ਇਹਦੇ ਉੱਪਰ ਜਿਵੇਂ ਹੀ ਆਪਾਂ ਜਾਵਾਂਗੇ ਤਾਂ ਸਾਡੇ ਸਾਹਮਣੇ ਇਸ ਤਰ੍ਹਾਂ ਦਾ ਜਿਹੜਾ ਉਹ ਪੇਜ ਓਪਨ ਹੋ ਜਾਏਗਾ ਇਹ ਦੇਖੋ ਇਹਦੇ ਵਿੱਚ ਬਹੁਤ ਸਾਰੀਆਂ ਲੇਟੈਸਟ ਇਨਫੋਰਮੇਸ਼ਨ ਦਿੱਤੀਆਂ ਹੋਈਆਂ ਠੀਕ ਹੈ ਇਹਨਾਂ ਦੇ نیچے ਆਪਾਂ ਜਾਣਾ ਇੱਥੇ ਕੁਇਕ ਲਿੰਕ ਦਿੱਤੇ ਹੋਏ ਆ ਦੇਖੋ ਕੁਇਕ ਲਿੰਕ ਇਹਦੇ ਵਿੱਚ ਕਾਫੀ ਸਾਰੇ ਲਿੰਕ ਹੈਗੇ ਆ ਠੀਕ ਹੈ ਈ ਵੈਰੀਫਾਈ ਰਿਟਰਨ ਲਿੰਕ ਆਧਾਰ ਆਪਾਂ ਇਸ ਲਿੰਕ ਆਧਾਰ ਦੇ ਉੱਤੇ ਜਾਵਾਂਗੇ ਜਿਵੇਂ ਆਪਾਂ ਲਿੰਕ ਆਧਾਰ ਦੇ ਉੱਤੇ ਜਾਵਾਂਗੇ ਤਾਂ ਸਾਡੇ ਸਾਹਮਣੇ ਇਸ ਤਰ੍ਹਾਂ ਦਾ ਪੇਜ ਓਪਨ ਹੋਏਗਾ ਥੋੜਾ ਜਿਹਾ ਟਾਈਮ ਲੱਗੇਗਾ ਤਾਂ ਇਸ ਪੇਜ ਦੇ ਵਿੱਚ ਜੋ ਵੀ ਇਨਫੋਰਮੇਸ਼ਨ ਮੰਗੀ ਗਈ ਹੈ ਉਹ ਆਪਾਂ ਇਹਦੇ ਵਿੱਚ ਜਿਹੜੀ ਹੈ ਉਹ ਇਹਦੇ ਵਿੱਚ ਆਪਾਂ ਫਿਲ ਕਰ ਦਾਂਗੇ ਅਤੇ ਫਿਲ ਕਰਨ ਤੋਂ ਬਾਅਦ ਜਿਹੜਾ ਹੈ ਸਾਡਾ ਜਿਹੜਾ ਆਧਾਰ ਕਾਰਡ ਹੈ ਉਹ ਪੈਨ ਕਾਰਡ ਦੇ ਨਾਲ ਜਿਹੜਾ ਹੈ ਉਹ ਲਿੰਕ ਹੋ ਜਾਵੇਗਾ ਹਾਂਜੀ ਆ ਵੈਬਸਾਈਟ ਜਿਹੜਾ ਪੇਜ ਹੈ ਓਪਨ ਹੋ ਰਿਹਾ ਹੈ ਅ ਥੋੜਾ ਜਿਹਾ ਟਾਈਮ ਲੱਗੇਗਾ ਤਾਂ ਆਪਾਂ ਉਸ ਤੋਂ ਬਾਅਦ ਜਿਹੜਾ ਹੈ ਤੁਹਾਨੂੰ ਦੱਸਾਂਗੇ ਕਿਹੜੀ ਕਿਹੜੀ ਇਨਫੋਰਮੇਸ਼ਨ ਇਹਦੇ ਵਿੱਚ ਆਪਾਂ ਅ ਜਿਹੜੀ ਆਪਾਂ ਫਿਲ ਕਰਨੀ ਹੈ ਠੀਕ ਹੈ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ ਜਿਹੜਾ ਆਪਣਾ ਵੋਟ ਕਾਰਡ ਹੈ ਉਹਦੇ ਨਾਲ ਵੀ ਜਿਹੜਾ ਆਧਾਰ ਕਾਰਡ ਲਿੰਕ ਹੋਏਗਾ ਇਹਦਾ ਕੀ ਦੇਖੋ ਆਪਾਂ ਜਿਹੜਾ ਜਮੀਨ ਦੀਆਂ ਰਜਿਸਟਰੀਆਂ ਆ ਜਾਂ ਆਪਣੀ ਜਿਹੜੀ ਜ਼ਮੀਨ ਦਾ ਜਾਇਦਾਦ ਹੈ ਉਹਦੇ ਨਾਲ ਵੀ ਆਪਾਂ ਆਧਾਰ ਨੂੰ ਜਿਹੜਾ ਹੈ ਉਹ ਲਿੰਕ ਕਰਵਾ ਚੁੱਕੇ ਹਾਂ ਜਾਂ ਜਿਵੇਂ ਜਿਵੇਂ ਰਜਿਸਟਰੀ ਵਗੈਰਾ ਅੱਜ ਕੱਲ ਚੱਲ ਰਹੀ ਹੈ ਤਾਂ ਉਹਦੇ ਵਿੱਚ ਆਧਾਰ ਕਾਰਡ ਜਿਹੜਾ ਹੈ ਉਹ ਲਿੰਕ ਕਰਨਾ ਜ਼ਰੂਰੀ ਹੋ ਜਾਂਦਾ ਹੈ ਤਾਂ ਦੇਖੋ ਇਹ ਪੇਜ ਓਪਨ ਹੋ ਚੁੱਕਿਆ ਹੈ ਸਭ ਤੋਂ ਪਹਿਲਾਂ ਆਪਾਂ ਇੱਥੇ ਆਦਾ ਪੈਨ ਕਾਰਡ ਭਰਾਂਗੇ ਜੋ ਵੀ ਆਪਣਾ ਪੈਨ ਨੰਬਰ ਹੈ ਉਹ ਆਪਾਂ ਇੱਥੇ ਅਸੀਂ ਆਪਾਂ ਭਰ ਦੇਵਾਂਗੇ ਉਸ ਤੋਂ ਅੱਗੇ ਨੈਕਸਟ ਹੈ ਜਿਹੜਾ ਆਧਾਰ ਨੰਬਰ ਫਿਰ ਅਸੀਂ ਆਧਾਰ ਨੰਬਰ ਭਰਾਂਗੇ ਠੀਕ ਹੈ ਆਧਾਰ ਨੰਬਰ ਤੋਂ ਬਾਅਦ ਫਿਰ ਅਸੀਂ ਮੋਬਾਈਲ ਨੰਬਰ ਮੋਬਾਈਲ ਨੰਬਰ ਕਿਹੜਾ ਭਰਨਾ ਹੈ ਜਿਹੜਾ ਸਾਡਾ ਆਧਾਰ ਕਾਰਡ ਦੇ ਨਾਲ ਲਿੰਕ ਹੈਗਾ ਜਿਹਦੇ ਤੇ ਕਈ ਵਾਰੀ ਜਿਹੜਾ ਓਟੀਪੀ ਆਉਂਦਾ ਹੈ ਇਹਦੇ ਵਿੱਚ ਦੇਖੋ ਹੇਠਾਂ ਦੋ ਹੋਰ ਆਪਸ਼ਨਾਂ ਦਿੱਤੀਆਂ ਹੋਈਆਂ ਇਹ ਡੱਬੀਆਂ ਦੇ ਵਿੱਚ ਆਈ ਹੈਵ ਓਨਲੀ ਈਅਰ ਆਫ ਬਰਥ ਇਨ ਆਧਾਰ ਕਾਰਡ ਜੇਕਰ ਆਧਾਰ ਕਾਰਡ ਤੇ ਤੁਹਾਡੀ ਪੂਰੀ ਜਨਮ ਤਰੀਕ ਨਹੀਂ ਲਿਖੀ ਕੱਲਾ ਸਾਲ ਲਿਖਿਆ ਮੰਨ ਲਓ ਕਿਸੇ ਦਾ 1998 ਨਾ uh, 1980 ਜੋ ਵੀ ਸਾਲ ਲਿਖਿਆ ਤਾਂ ਆਪੇ ਉੱਪਰਲੇ ਵਾਲੇ ਤੇ ਟਿਕ ਕਰਾਂਗੇ ਔਰ ਸੈਕਿੰਡ ਜਿਹੜਾ ਹੈ ਉਹ ਵੀ ਆਪਾਂ ਟਿਕ ਕਰਾਂਗੇ ਕਿਉਂ ਕਿਉਂਕਿ ਮੈਂ ਜਿਹੜਾ ਆਪਣੇ ਆਧਾਰ ਕਾਰਡ ਦੀ ਜਿਹੜੀ ਡਿਟੇਲ ਹੈ ਉਹਦਾ ਆਪਾਂ ਇੱਕ ਤਰ੍ਹਾਂ ਨਾਲ ਸਹਿਮਤੀ ਦਵਾਾਂਗੇ ਕਿ ਉਹ ਵੈਲੀਡੇਟ ਹੈ ਉਸ ਤੋਂ ਬਾਅਦ ਅਸੀਂ ਲਿੰਕ ਅਧਾਰ ਦੇ ਉੱਤੇ ਜਿਹੜਾ ਹੈ ਸੀ ਆਹ ਵਾਲਾ ਜਿਹੜਾ ਹੁਣ ਡਾਰਕ ਹੋਇਆ ਹੋਇਆ ਇਹ ਫਿਰ ਬ੍ਰਾਈਟ ਹੋ ਜਾਊਗਾ ਇਹਦੇ ਉੱਤੇ ਆਪਾਂ ਕਲਿੱਕ ਕਰਾਂਗੇ ਅੱਗੇ ਜੋ ਵੀ ਤੁਹਾਡੇ ਤੋਂ ਵੈਬਸਾਈਟ ਤੇ ਇਨਫੋਰਮੇਸ਼ਨ ਮੰਗੀ ਜਾਂਦੀ ਹੈ ਓਟੀਪੀ ਵਗੈਰਾ ਆਏਗਾ ਤਾਂ ਉਹਦੇ ਉੱਤੇ ਅਸੀਂ ਆਪਾਂ ਸਾਨੀ ਨਾਲ ਲਿੰਕ ਕਰ ਸਕਦੇ ਹਾਂ ਦੋਸਤੋ ਤੁਹਾਨੂੰ ਕਿਓ ਇਹ ਵੀਡੀਓ ਕਿਓ ਜਿਆ ਲੱਗਿਆ ਕਮੈਂਟ ਜ਼ਰੂਰ ਕਰਨਾ ਵੀਡੀਓ ਜ਼ਰੂਰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰ ਦੇਣਾ ਬਹੁਤ ਬਹੁਤ ਧੰਨਵਾਦ